ਗਾਣਾ ਸੀ ਅੱਜ ਕੱਲ ਤੂੰ ਬੜਾ ਰੋਮਾਂਟਿਕ ਹੋਇਆ ਕੀ ਗੱਲ ਤੈਨੂੰ ਪਿਆਰ ਪਿਊਰ ਤੇ ਨਹੀਂ ਹੋ ਗਿਆ ਪੰਡਾ ਪਿਆਰ ਪਿਊਰ ਵਾਲੀ ਕੋਈ ਗੱਲ ਨਹੀਂ ਉਹ ਮੈਂ ਤਾਂ ਦਰਅਸਲ ਜਿਹੜੀ ਨਵੀਂ ਫਿਲਮ ਆਈ ਹੈ ਨਾ ਅਨਿਲ ਕਪੂਰ ਤੇ ਸੋਨਮ ਕਪੂਰ ਦੀ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਉਹਦੀ ਗੱਲ ਕਰ ਰਿਹਾ ਸੀ ਫਿਲਮ ਤੇ ਵਧੀਆ ਹੈ ਹੈ ਨਾ ਪਰ ਮੈਨੂੰ ਅਨਿਲ ਕਪੂਰ ਦੀ ਸਮਝ ਨਹੀਂ ਆਉਂਦੀ ਤੈਨੂੰ ਪਤਾ ਬੰਡਾ ਜਦੋਂ ਮੈਂ 10 ਸਾਲਾਂ ਦਾ ਸੀ ਨਾ ਉਦੋਂ ਹੀ ਮੈਨੂੰ 25 ਸਾਲਾਂ ਦਾ ਲੱਗਦਾ ਸੀ ਫਿਰ ਮੈਂ 15 ਸਾਲਾਂ ਦਾ ਹੋ ਗਿਆ ਇਹ ਫਿਰ ਮੈਨੂੰ 25 ਸਾਲਾਂ ਦਾ ਲੱਗਦਾ ਸੀ ਫਿਰ ਜਦੋਂ ਮੈਂ ਬੰਡਾ 25 ਦਾ ਹੋਇਆ ਇਹ ਮੈਨੂੰ 20 ਸਾਲਾਂ ਦਾ ਲੱਗਣ ਲੱਗ ਗਿਆ ਯਾਰ ਇਹ ਕਿੱਦਾਂ ਦਾ ਬੰਦਾ ਕਿੱਦਾਂ ਕਿੱਦਾਂ ਦੀ ਗੱਲਾਂ ਕਰਦਾ ਰਹਿੰਦਾ ਪੰਡਾ ਤੂੰ ਪੰਡਾ ਮੈਂ ਤੈਨੂੰ ਦੱਸ ਰਿਹਾ ਸੀ ਕਿ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਰਾਜਕੁਮਾਰ ਰਾਓ ਸੋਨਮ ਕਪੂਰ ਤੇ ਅਨਿਲ ਕਪੂਰ ਵਾਹ 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 ਬੰਡਾ ਫਿਲਮ ਦੀ ਕਹਾਣੀ ਕਿੱਦਾਂ ਦੀ ਹੈ ਉਹ ਪਾ ਕੰਨਾ ਪੰਡਾ ਫਿਲਮ ਦੀ ਕਹਾਣੀ ਕੱਟਰ ਹੈ ਕੱਟਰ ਕਿਉਂ ਬੰਡਾ ਇਹਦੇ ਚਿੱਟੇ ਲੱਗੀਆਂ ਨੇ ਯਾਰ ਪੰਡਾ ਕਿੱਦਾਂ ਕਿੱਦਾਂ ਦੀ ਗੱਲਾਂ ਕਰੀ ਜਾ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਰਾਜਕੁਮਾਰ ਰਾਓ ਆਉਣ ਵਾਲੇ ਟਾਈਮ ਦੇ ਵਿੱਚ ਇੰਡਸਟਰੀ ਦਾ ਰਾਜਕੁਮਾਰ ਬਣਨ ਵਾਲਾ ਆਹਾ ਵਾਕਈ ਬੰਡਾ ਮੈਂ ਤੇਰੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਦੇਖ ਇਹਦਾ ਨਾਮ ਵੀ ਰਾਜਕੁਮਾਰ ਹੈ ਪਰ ਬੰਡਾ ਰਾਜਕੁਮਾਰ ਰਾਓ ਤੇ ਰਾਜਕੁਮਾਰ ਬਣੇਗਾ ਪਰ ਤੇਰੇ ਮੱਥੇ ਤੇ ਨਾ ਮੈਨੂੰ ਕਲੰਕ ਲੱਗਾ ਲੱਗਦਾ ਤੂੰ ਬੇਇੱਜ਼ਤੀ ਕਰਾਏ ਬਿਨਾ ਬੰਡਾ ਇੱਥੋਂ ਜਾਣਾ ਨਹੀਂ ਹੁੰਦਾ ਤੈਨੂੰ ਭੰਡਾ ਤੇਰੇ ਉਹ ਯਾਰ ਕਲੰਕ ਤੋਂ ਯਾਦ ਆਇਆ ਕਿ ਆਲਿਆ ਭੱਟ ਤੇ ਸੋਨਾਕਸ਼ੀ ਸਿਨਹਾ ਦੀ ਵੀ ਨਵੀਂ ਫਿਲਮ ਆ ਰਹੀ ਆ ਕਲੰਕ ਕਲੰਕ ਤੇ ਬੰਡਾ ਫਿਲਮ ਆ ਰਹੀ ਹੈ ਪਰ ਮੈਨੂੰ ਡਰ ਪਤਾ ਕਿਸ ਗੱਲ ਦਾ ਹੀ ਮੈਨੂੰ ਲੱਗਦਾ ਹੈ ਕਿ ਧਰਮਾ ਪ੍ਰੋਡਕਸ਼ਨ ਤੇ ਠੱਗਸ ਆਫ ਹਿੰਦੁਸਤਾਨ ਵਾਂਗੇ ਫਿਲਮ ਵੀ ਕਿਤੇ ਕਲੰਕ ਨਾ ਲਾ ਦੇ ਯਾਰ ਪੰਡਾ ਤੂੰ ਕਿੱਦਾਂ ਕਿੱਦਾਂ ਦੀ ਗੱਲਾਂ ਕਰਦਾ ਰਹਿੰਦਾ ਯਾਰ ਉਹ ਮੈਨੂੰ ਪਤਾ ਕਿੰਨਾ ਡਰ ਲੱਗਦਾ ਉਹ ਪੰਡਾ ਕਿਤੇ ਹੜ ਨਾ ਆ ਜੇ ਹੜ ਉਹ ਪੰਡਾ ਮੈਂ ਕਿਤੇ ਰੁੜ ਨਾ ਜਾਵਾਂ ਉਹ ਪੰਡਾ ਮੈਨੂੰ ਬਚਾ ਲਈ ਓਏ ਪੰਡਾ ਤੇਰੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ ਓਏ ਉਹ ਕਿਹੜਾ ਹੜ ਆ ਜਾਊਗਾ ਕਿੱਥੇ ਰੁਲ ਜਾਊਗਾ ਕੀ ਹੋ ਜਾਏਗਾ ਉਹ ਯਾਰ ਪੰਡਾ ਤੈਨੂੰ ਪਤਾ ਨਹੀਂ 2019 ਦੇ ਵਿੱਚ ਫਿਲਮਾਂ ਦਾ ਹੜ ਆਉਣ ਵਾਲਾ ਹੜ ਉਹ ਫਿਲਮ ਤੇ ਫਿਲਮ ਇਦਾਂ ਚੜੀ ਪਈ ਆ ਜਿੱਦਾਂ ਮੁੰਬਈ ਲੋਕਲ ਚ ਬੰਦੇ ਤੇ ਬੰਦਾ ਚੜਿਆ ਹੁੰਦਾ ਅੱਜ ਫਿੜੇ ਮੈਂ ਬੰਡਾ ਤੇਰੇ ਹੈ ਫਿਲਮਾਂ ਦਾ ਹੜ ਓਏ ਹੜ ਹੁੜ ਛੱਡ ਬੰਡਾ ਮੈਂ ਤੈਨੂੰ ਇੱਕ ਗੁੱਡ ਨਿਊਜ਼ ਦੇਣੀ ਗੁੱਡ ਨਿਊਜ਼ ਦੇਣੀ ਬੰਡਾ ਬੰਡਾ ਗੁੱਡ ਨਿਊਜ਼ ਦੇਣੀ ਹੈ ਦੇ ਬੰਡਾ ਓ ਬੰਡਾ ਮੈਂ ਤੈਨੂੰ ਗੁੱਡ ਨਿਊਜ਼ ਦੇਣੀ ਹੈ ਦੇ ਫਿਰ ਓਏ ਹੋਏ ਬੰਡਾ ਮੈਂ ਤੈਨੂੰ ਗੁੱਡ ਨਿਊਜ਼ ਦੇਣੀ ਹੈ ਗੁੱਡ ਨਿਊਜ਼ ਓਏ ਫਿਰ ਓਏ ਬੰਡਾ ਫਿਲਮ ਆ ਰਹੀ ਹੈ ਗੁੱਡ ਨਿਊਜ਼ ਤੇ ਮੂੰ ਪੰਡਾ ਤੇਰੇ ਓ ਯਾਰ ਵੈਸੇ ਮੈਂ ਹਿਸਾਬ ਲਾਇਆ ਪ੍ਰੋਡਿਊਸਰਾਂ ਦਾ ਫਿਲਮ ਦੀ ਕਿਤੇ ਕੋਈ ਬੈਡ ਨਿਊਜ਼ ਨਾ ਆਵੇ ਫਿਲਮ ਦਾ ਹੀ ਨਾਮ ਰੱਖ ਛੱਡਿਆ ਗੁੱਡ ਨਿਊਜ਼ ਓਏ ਬੰਡਾ ਤੈਨੂੰ ਪਤਾ ਇਹਦੇ ਚ ਕੌਣ ਕੰਮ ਕਰ ਰਹੇ ਨੇ ਕੌਣ ਕਰ ਰਿਹਾ ਓ ਬੰਡਾ ਇਹਦੇ ਚ ਬੜਾ ਤਗੜਾ ਬੰਦਾ ਕੰਮ ਕਰ ਰਿਹਾ ਹੈ ਕੌਣ ਬੰਡਾ ਬੜਾ ਤਗੜਾ ਕਲਾਕਾਰ ਓ ਬੰਡਾ ਕੌਣ ਹੈ ਪੰਜਾਬ ਦੀ ਆਨ ਬਾਨ ਸ਼ਾਨ ਛਿੰਦਾ ਪੰਡ ਤੈਨੂੰ ਪੰਡਾ ਤੇਰੇ ਓਏ ਬੰਡਾ ਤੂੰ ਓਏ ਬੰਡਾ ਪੂਰੀ ਗੱਲ ਤੇ ਸੁਣ ਲਿਆ ਤੈਨੂੰ ਮਾਰੀ ਜਾਣਾ ਓਏ ਸੁਣ ਪੂਰੀ ਗੱਲ ਸੁਣ ਪੰਜਾਬ ਦੀ ਆਨ ਬਾਨ ਸ਼ਾਨ ਛਿੰਦਾ ਪੰਡ ਦੇ ਫੇਵਰੇਟ ਦਿਲਜੀਤ ਦੋਸਾਂਝ ਤੈਨੂੰ ਪੰਡਾ ਤੇਰੇ ਯਾਰ ਪੰਡਾ ਅਜੀਬ ਜੀਬ ਗੱਲਾਂ ਦਾ ਕਰਿਆ ਕਰ ਮੈਨੂੰ ਪਤਾ ਤੂੰ ਕਿਹੜੀ ਫਿਲਮ ਦੀ ਗੱਲ ਕਰ ਰਿਹਾ ਇਹ ਉਹੀ ਫਿਲਮ ਹੈ ਨਾ ਜਿਹਦੇ 'ਚ ਨਾਲ ਕੰਮ ਕਰ ਰਹੀ ਹੈ ਕਿਆਰਾ ਅਡਵਾਨੀ ਜਿਹੜੀ ਮੈਂ ਤੇਰੀ ਭਾਬੀ ਹੈ ਬਣਾਉਣੀ ਫਿਰ ਮੈਂ ਬੰਡਾ ਤੇਰੇ ਆ ਬੂਥੀ ਦੇਖੀ ਹੈ ਅੰਬ ਦੇ ਚਾਰ ਵਰਗੀ ਬੂਥੀ ਹੈ ਭਾਬੀ ਬਣਾਉਣੀ ਹੈ ਕਿਆਰਾ ਅਡਵਾਨੀ ਉਹ ਪੰਡਾ ਮੇਰੇ ਨਾਲ ਹਿਸਾਬ ਨਾ ਰਿਹਾ ਕਰ ਉਹ ਵੈਸੇ ਵੀ ਨਾ ਹੁਣ ਮੇਰੇ ਅੰਦਰ ਦੀਆਂ ਨਾ ਪੋਲੀਟੀਕਲ ਸ਼ਕਤੀਆਂ ਜਾਗ ਰਹੀਆਂ ਪੋਲੀਟੀਕਲ ਸ਼ਕਤੀਆਂ ਜਾਗ ਰਹੀਆਂ ਨੇ ਨਾ ਹਾਂ ਤੇ ਫਿਰ ਕੱਢੋ ਨਾ ਉਹਨਾਂ ਨੂੰ ਸਾਡੇ ਦਰਸ਼ਕਾਂ ਨੂੰ ਐਂਟਰਟੇਨ ਕਰੋ ਤੇ ਮੈਂ ਉਹੀ ਤਾਂ ਸਾਰਿਆਂ ਨੂੰ ਦੱਸਣ ਲੱਗਾ ਸੀ ਕਿ ਮਿਨਿਸਟਰ ਰੰਧਾਵਾ ਤੇ ਜੀਰੇ ਦਾ ਤੜਕਾ ਹੁਣ ਇਦਾਂ ਲੱਗਾ ਮੈਂ ਕਿਹਾ ਇਹਨਾਂ ਦੀ ਦਾਲ ਬਹੁਤ ਜ਼ਿਆਦਾ ਹੀ ਸਵਾਦ ਬਣਨ ਵਾਲੀ ਹੈ ਦਾਲ ਤੇ ਸਵਾਦ ਬਣਨ ਵਾਲੀ ਹੈ ਮਿਨਿਸਟਰ ਰੰਧਾਵਾ ਤੇ ਜੀਰੇ ਦਾ ਤੜਕਾ ਲੱਗ ਰਿਹਾ ਨਾਲ ਨਾਲ ਪਿਆਜ਼ ਟਮਾਟਰ ਦਾ ਵੀ ਤੜਕਾ ਨਾਲ ਲੱਗ ਰਿਹਾ ਨਾਲੇ ਬੰਡਾ ਤੈਨੂੰ ਇੱਕ ਗੱਲ ਦੱਸਾਂ ਪਿਆਜ਼ ਟਮਾਟਰ ਦੇ ਵਿੱਚ ਪੈਣ ਨਾ ਪੈਣ ਜੀਰਾ ਤੇ ਰਾਈ ਦਾ ਤੜਕਾ ਤੇ ਲੱਗੇਗਾ ਹੀ ਉਹ ਬੰਡਾ ਤੂੰ ਬਿਲਕੁਲ ਗੱਲ ਸਹੀ ਕਹੀ ਔਰ ਮੈਨੂੰ ਤਾਂ ਹੁਣ ਇਹੀ ਲੱਗਦਾ ਕਿ ਜੇ ਪੰਜਾਬ ਪੁਲਿਸ ਵੀ ਵੇਚਣ ਲੱਗ ਪਈ ਇਹ ਭੰਗ ਤੇ ਮਿਨਿਸਟਰ ਕਿਹਦੇ ਤੋਂ ਕਰਨਗੇ ਪ੍ਰੋਟੈਕਸ਼ਨ ਦੀ ਮੰਗ ਸਹੀ ਗੱਲ ਕਹੀ ਹੈ ਬੰਡਾ ਮੈਨੂੰ ਵੀ ਇੱਕ ਪੋਲੀਟੀਕਲ ਚੀਜ਼ ਯਾਦ ਆ ਰਹੀ ਹੈ ਦੱਸ ਬੰਡਾ ਮੈਂ ਗੱਲ ਕਰਨ ਜਾ ਰਿਹਾ ਪਵਨ ਬਾਂਸਲ ਦੀ ਜਿਹੜੀ ਆਪਣੀ ਚੰਡੀਗੜ੍ਹ ਦੀ ਸੀਟ ਨੂੰ ਐਦਾਂ ਪੱਕਾ ਕਰੀ ਬੈਠਾ ਹੈ ਜਿੱਦਾਂ ਉਹਦੀ ਕੁਰਸੀ ਤੇ ਕਿਸੇ ਨੇ ਫੈਵੀਕੋਲ ਲੋੜ ਦਿੱਤੀ ਉਹਨੇ ਨੂੰ ਪੰਡਾ ਤੇਰੇ ਉਹ ਪੰਡਾ ਗੱਲ ਤਾਂ ਤੂੰ ਬਿਲਕੁਲ ਸਹੀ ਕਹੀ ਮੈਂ ਕਿਹਾ ਚੰਡੀਗੜ੍ਹ ਦੀ ਸੀਟ ਦੇ ਪਿੱਛੇ ਤਾਂ ਸਾਰੇ ਇਦਾਂ ਲੜ ਰਹੇ ਆ ਜਿੱਦਾਂ ਇੱਕ ਕੇਲੇ ਪਿੱਛੇ ਬਾਂਦਰ ਲੜਦੇ ਹੁੰਦੇ ਆ ਤੇ ਦੇਖਦੇ ਆ ਹੁਣ ਇਹ ਸੀਟ ਮਿਲਦੀ ਕਿਹਨੂੰ ਆ ਤੇ ਸਰਕਾਰ ਕੇਲਾ ਦਿੰਦੀ ਕਿਹਨੂੰ ਆ ਚੱਲ ਯਾਰ ਮੈਂ ਵੀ ਜਾ ਕੇ ਕੇਲਾ ਖਾਵਾਂ ਕੇਲਾ ਖਾਵਾਂ ਮਤਲਬ ਸੰਤਰਾ ਖਾਵਾਂ ਸੰਤਰਾ ਖਾਵਾਂ ਮਤਲਬ ਅਮਰੂਦ ਖਾਵਾਂ ਯਾਰ ਓਏ ਭਾਈ ਅਮਰੂਦ ਖਾਵਾਂ ਓ ਯਾਰ ਮਤਲਬ ਪਪੀਤਾ ਖਾਵਾਂ ਯਾਰ ਪਪੀਤਾ ਖਾਵਾਂ ਓ ਮਤਲਬ ਫਰੂਟ ਖਾਵਾਂ ਫਰੂਟ ਖਾਵਾਂ ਓ ਮਤਲਬ ਰੋਟੀ ਖਾਵਾਂ ਯਾਰ ਓਏ ਦੂਰ ਫਿੱਟੇ ਮੂੰ ਤੇਰੇ ਭੰਡਾ ਸਿੱਧਾ ਕਹਿਣਾ ਮੈਂ ਰੋਟੀ ਖਾਵਾਂ ਤੇ ਮੈਂ ਵੀ ਇਹੀ ਕਹਿ ਰਿਹਾ ਓ ਯਾਰ ਇਹਦਾ ਤਾਂ ਕੁਛ ਨਹੀਂ ਹੋ ਸਕਦਾ ਪਰ ਅਸੀਂ ਐਂਟਰਟੇਨਮੈਂਟ ਤੇ ਪੋਲਿਟਿਕਸ ਤੇ ਇਦਾਂ ਹੀ ਲਾਉਂਦੇ ਰਵਾਂਗੇ ਡੰਕੇ ਦੀਆਂ ਇਹਦਾ ਵੀ ਕੁਛ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਪਤਾ ਹੈ ਕਿ ਇਹਦੀਆਂ ਨੀਤਾਂ ਵਿੱਚ ਨੇ ਕਿੰਨੀਆਂ ਖੋਟਾਂ ਤੇ ਤੁਸੀਂ ਸਾਰੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਤੇ ਪੱਕੀਆਂ ਰਿਪੋਰਟਾਂ ਤੇਰੇ